ਉਹ ਮਾਹੌਲ ਉਹ ਪੰਜਾਬ ਹੁਣ ਬਦਲ ਗਿਆ। ਅੱਜ ਦੇ ਦੌਰ ਦੇ ਵਿੱਚ ਮਹਿਫਲਾਂ ਲੱਗਦੀਆਂ ਅਸੀਂ ਆਪ ਹੀ ਲਾ ਲੈਂਦੇ ਹਾਂ ਮਹਿਫਲ, ਹਾਂ ਤੇ ਖਾਸ ਖਾਸ ਜਿਹੜੇ ਜਿਹੜੇ ਹੈਗੇ ਹੋ ਨਾ, ਬਟ ਯੂਜੂਅਲੀ ਬਹੁਤ ਘੱਟ ਗਈਆਂ ਨੇ ਕਿਉਂਕਿ ਉਸ ਮਹਿਫਲ 'ਚ ਵੀ ਬੈਠੇ ਦੋ ਬੰਦੇ ਆਪਣੇ ਐਂਟੀ ਹੁੰਦੇ ਆ। ਹਾਂਜੀ ਪਰ ਸਾਨੂੰ ਐਵੇਂ ਮੇਰੇ ਕੋਲ ਤਾਂ ਇੱਥੇ ਹੁਣ ਤੁਸੀਂ ਬੈਠੇ ਹੋ ਇੱਥੇ ਮੇਰੇ ਕੋਲ ਰੀਤ ਬਲਜੀਤ, ਹਾਂਜੀ ਹੈਪੀ ਰਹਿ ਕੋਟੀ ਜੀ, ਸਿੱਪੀ ਗਿੱਲ, ਉਹ ਤੋਂ ਬਾਅਦ ਗਿੱਪੀ ਗਰੇਵਾਲ ਭਾਜੀ ਜੀ, ਤੇ ਦੂਜੇ ਨੰਬਰ ਤੇ ਕਹਿ ਲਓ ਵੀ ਸਾਰੇ ਬਹੁਤ ਕੁਲਦੀਪ ਪਾਸ ਭਾਜੀ ਦਾ ਮੈਂ ਦੱਸਿਆ ਜੀ ਤੁਹਾਨੂੰ ਪਹਿਲਾਂ, ਹਾਂ ਹਰਫ ਚੀਮਾ ਇੱਕ ਵਾਰ ਪਹਿਲੀ ਵਾਰ ਆਇਆ ਮੇਰੇ ਕੋਲ ਇੱਥੇ ਉਹ ਪਰਫੋਰਮ ਕਰਨ ਆਇਆ ਹੋਇਆ ਸੀਗਾ ਬਰਦੌਲ ਕਾਲਜ, ਮੈਨੂੰ ਮੈਂ ਕਿਹਾ ਵੀ ਆਪਾਂ ਮਿਲਦੇ ਹਾਂ ਵੀ ਆਪਾਂ ਵੀ ਗਾਣੇ ਗੁਣੇ ਸੁਣਦੇ ਹਾਂ ਤੇਰੇ, ਉਹ ਕਹਿੰਦਾ ਵੀਰੇ ਉਹ ਬਹੁਤ ਵਧੀਆ ਉਹਦਾ ਸੁਭਾਅ ਨਾ ਮੁੰਡੇ ਵਧੀਆ, ਮੈਨੂੰ ਕਹਿੰਦਾ ਕਹਿੰਦਾ ਯਾਰ ਵੀਰੇ ਯਾਰ ਗਾਣੇ ਤਾਂ ਸੁਣਾਉਂਗਾ, ਕਹਿੰਦਾ ਯਾਰ ਭੁੱਖ ਬੜੀ ਲੱਗੀ ਹੈ ਮੈਨੂੰ, ਕਿਉਂਕਿ ਅਸੀਂ ਕਲਾਕਾਰਾਂ ਦਾ ਹੀ ਹੁੰਦਾ। ਹਾਂਜੀ ਅਤੇ ਮੈਂ ਕਿਹਾ ਵੀ ਕੋਈ ਗੱਲ ਨਹੀਂ ਹੈਗੀ ਵੀ ਤੁਸੀਂ ਰੋਟੀ ਰੋਟੀ ਖਾਓ, ਮੈਂ ਕਿਹਾ ਵੀ ਅੱਜ ਨਹੀਂ ਫਿਰ ਫਿਰ ਕਿਸੇ ਦਿਨ ਸੁਣ ਲਾਂਗੇ ਵੀ ਤੁਸੀਂ, ਕਿਉਂਕਿ ਤਿੰਨ ਚਾਰ ਜਾਣੇ ਸੀ ਉਹ ਜੀ, ਅਤੇ ਇਹ ਵੀ ਵਧੀਆ ਲੱਗਦਾ ਜਦੋਂ ਕਲਾਕਾਰਾਂ ਨਾਲ ਵਿਚਰ ਕੇ ਵਧੀਆ ਬਦਲਦੇ ਰਹਿੰਦੇ ਆ ਵਿੱਚ, ਜਦੋਂ ਕੋਈ ਦੋ ਚਾਰ ਗਾਣੇ ਚੱਲੇ ਜਾਂਦੇ ਆ ਕਿਸੇ ਨੂੰ ਲੱਗਦਾ, ਮੈਂ ਪਰ ਮੈਨੂੰ ਐਂ ਲੱਗਦਾ ਹੁੰਦਾ ਮੈਂ ਸਾਰਿਆਂ ਨੂੰ ਕਹਿੰਦਾ ਨਾ ਵੀ ਤੁਸੀਂ ਰਹਿਣਾ ਤਾਂ ਧਰਤੀ 'ਤੇ ਹੀ ਆ ਨਾ, ਬਿਲਕੁਲ ਬਿਲਕੁਲ, ਅਤੇ ਹੁਣ ਜੇ ਤੁਸੀਂ ਧਰਤੀ 'ਤੇ ਰਹਿੰਦੇ ਹੋ ਤਾਂ ਜੈਨੂਅਨਲੀ ਹੀ ਤੁਹਾਡੇ ਓਨੇ ਰਿਲੇਸ਼ਨ ਚਾਹੀਦੇ ਆ, ਚਾਹੀਦੇ ਆ ਵੀ ਜਿਹਦੇ ਨਾਲ ਵੈਸੇ ਹੀ ਤੁਹਾਨੂੰ ਕਮਲ ਗਰੇਵਾਲ ਮੂਹਰੇ ਬੈਠਾ ਮਿਲੂ, ਤੁਸੀਂ ਪਿਆਰ ਹੀ ਇੰਨਾ ਬਣਾਓ ਨਾ। ਬਿਲਕੁਲ, ਅਤੇ ਚਲੋ ਕਲਾਕਾਰੀ ਇੱਕ ਅਲੱਗ ਵੀ ਇਹਦੇ ਨਾਲ ਇੱਕ ਤੁਹਾਡਾ ਸੈਪਰੇਟ ਪ੍ਰੋਫੈਸ਼ਨ ਹੋ ਗਿਆ, ਪਰ ਐਜ਼ ਆ ਇਨਸਾਨ ਤੁਸੀਂ ਬਦਲਣਾ ਨਹੀਂ ਚਾਹੀਦਾ ਤੁਹਾਨੂੰ, ਚਾਹੇ ਤੁਹਾਡੀ ਇਹ ਚੀਜ਼ ਮੈਂ ਸਿੱਧੂ 'ਚ ਫੀਲ ਕੀਤੀ ਸੀ ਉਦੋਂ, ਅਤੇ ਦੁਬਾਰਾ ਵੀ ਮੈਂ ਫੀਲ ਕਰਦੇ ਰਹੇ ਸਾਰੇ ਆਰਟਿਸਟ ਵੀ ਉਹਦਾ ਨਹੀਂ, ਅਤੇ ਈਵਨ ਮੈਂ ਬੱਬੂ ਮਾਨ ਬਾਈ 'ਚ ਵੀ 2009 ਦਾ ਮਿਲਦਾ ਹੁੰਦਾ, ਮੈਨੂੰ ਜਿੰਨਾ ਕੁ ਵੀ ਮੈਂ ਉਹਨਾਂ ਨਾਲ ਕਨੈਕਟ ਹੋਇਆ ਮੈਨੂੰ ਕਦੇ ਐਂ ਫੀਲ ਨਹੀਂ ਹੋਇਆ ਵੀ ਯਾਰ ਵੀ ਬਹੁਤ ਵੱਡੇ ਸਟਾਰ ਨੂੰ ਮੈਂ ਮਿਲ ਰਿਹਾ, ਮੈਨੂੰ ਐਂ ਲੱਗਿਆ ਵੀ ਯਾਰ ਬਾਈ ਯਾਰ ਬਹੁਤ ਡਾਊਨ ਟੂ ਅਰਥ ਬੰਦਾ, ਕਿਉਂਕਿ ਉਹਨਾਂ ਦਾ ਇਹ ਸੀ ਵੀ ਮਿਲਣ ਦਾ, ਹਾਂ ਵੀ ਕਿਵੇਂ ਆ ਗੱਲ ਕਰਨ ਦਾ ਤਰੀਕਾ, ਐਂ ਆ ਵੀ ਬਹੁਤ ਹਲੀਮੀ ਨਾਲ ਪਿਆਰ ਨਾਲ ਵਿਚਰਦੇ, ਪਰ ਉਹ ਸਟੇਜ ਦੇ ਉੱਪਰ ਉਹ ਕਹਿੰਦੇ ਯਾਰ ਮੇਰਾ ਪ੍ਰੋਫੈਸ਼ਨ ਆ, ਮੈਂ ਜਿਹੜੀ ਗੱਲ ਕਹਿਣੀ ਉਹ ਕਹਿ ਦੇਣੀ, ਉਹੀ ਮੈਨੂੰ ਲੱਗਦਾ ਉਹਨਾਂ ਦੀ ਪਰਸਨੈਲਿਟੀ ਆ, ਉਹਨਾਂ ਨੂੰ ਬਾਕੀਆਂ ਤੋਂ ਵੱਖ ਬਣਾਉਣ ਵਾਲੀ, ਹਾਂਜੀ ਅਤੇ ਨਾਲੇ ਕਹਿਣਾ ਵੀ ਚਾਹੀਦਾ ਜਿਹੜੇ ਬੰਦੇ ਨੇ ਇੰਨੀਆਂ ਕਿਤਾਬਾਂ ਪੜ੍ਹ ਲਈਆਂ ਅਤੇ ਉਰਦੂ ਦੀ MA ਕਰ ਲਈ ਇੰਨੇ ਸਾਲ ਹੈਗੇ ਆ, ਜੇ ਉਹ ਚਾਰ ਗੱਲਾਂ ਤੁਹਾਨੂੰ ਕੜਵੀਆਂ ਵੀ ਕਹਿੰਦਾ ਉਹਦੇ ਵਿੱਚ ਵੀ ਕੁਝ ਸਿੱਖਣ ਨੂੰ ਮਿਲੂ, ਤੁਹਾਡੇ ਐਲਬਮ 'ਚ ਵੀ ਉਰਦੂ ਗੀਤ ਆ ਰਿਹਾ, ਇੱਕ ਉਰਦੂ ਗੀਤ ਅਸੀਂ ਵੈਸੇ ਸਿਲੈਕਟ ਕੀਤਾ ਵਾ ਕਿ ਜਿੱਥੋਂ ਹਨੀ ਚੈਪਟਰ ਬਣਾਏ ਨੇ ਇਹਦੇ ਜੀ, ਅਤੇ ਚੈਪਟਰ ਦੇ ਵਿੱਚ ਸੈਕਿੰਡ ਚੈਪਟਰ 'ਚ ਖੋਲਾਂਗੇ।